ਜੀ ਜੀ ਅੰਮ੍ਰਿਤਸਰ ਜੀ ਚਰਚਾ ਹੋ ਰਹੀ ਆ, ਤੁਸੀਂ ਆਮ 'ਚ ਸ਼ਾਮਿਲ ਹੋ ਰਹੇ ਹੋ ਅਤੇ ਕੱਲ੍ਹ ਕੇਜਰੀਵਾਲ ਅੰਮ੍ਰਿਤਸਰ ਦੇ ਵਿੱਚ ਆ ਰਹੇ ਕਰਨ ਵਾਸਤੇ ਕੀ ਪੂਰੀ ਕਿੰਨੀ ਸੱਚਾਈ ਹੈ? ਦੇਖੋ, ਇਹ ਸੱਚਾਈ ਤਾਂ ਕੋਈ ਉਸ ਚੀਜ਼ ਦੀ ਗੱਲ ਨਹੀਂ ਹੈ। ਜਦੋਂ ਜਿਸ ਪਾਰਟੀ ਦੇ ਵਿੱਚ ਸ਼ਾਮਿਲ ਹੋਣਾ ਹੋਗਾ ਅਸੀਂ ਠੋਕ ਕੇ ਤੁਹਾਨੂੰ ਬੋਲ ਦੇਵਾਂਗੇ, ਬੁਲਾ ਕੇ ਕਹਾਂਗੇ ਜੀ, ਠੀਕ ਹੈ ਨਾ ਜੀ? ਅਤੇ ਜਦੋਂ ਵੀ ਇਸ ਤਰ੍ਹਾਂ ਦਾ ਮਨ ਬਣੇਗਾ ਮੈਂ ਤੁਹਾਨੂੰ ਦੱਸ ਦੂੰਗਾ ਜੀ। ਸਰ, ਜਿਵੇਂ ਪਾਰਟੀ ਬਗਾੜੀ ਕਾਂਡ ਦੇ ਵਿੱਚ ਤੁਸੀਂ ਕਾਫੀ ਸੱਟ ਬੈਠੀ ਸੀ, ਉਹਦੇ ਵਿੱਚ ਵੀ ਕਦੇ ਕਿਤੇ ਤੁਸੀਂ ਅਸਤੀਫਾ ਵੀ ਦੇ ਦਿੱਤਾ ਕਿ ਸੱਚਾਈ ਦੀ ਰਾਹ 'ਤੇ ਮੈਂ ਚੱਲਣਾ, ਕਿੱਦਾਂ ਦੇਖ ਰਹੇ ਹੋ ਦੋਨਾਂ ਸਰਕਾਰਾਂ ਨੂੰ? ਸਰ ਦੇਖੋ, ਇਸ ਵੇਲੇ ਇਸ ਦੇ ਉੱਤੇ ਟਿੱਪਣੀ ਕਰਨਾ ਉਚਿਤ ਨਹੀਂ ਹੈ, ਕਿਉਂਕਿ ਤੁਸੀਂ ਦੇਖ ਰਹੇ ਹੋ 2 ਮਹੀਨੇ ਤੋਂ ਕੀ ਚੱਲ ਰਿਹਾ ਹੈ, ਖਾਸ ਕਰ ਦਿੱਲੀ ਦੇ ਵਿੱਚ ਕੀ ਚੱਲ ਰਿਹਾ ਹੈ, ਠੀਕ ਹੈ ਕਿ ਨਹੀਂ? ਰੂਲਿੰਗ ਪਾਰਟੀ ਦੇ MLA ਉੱਥੇ ਬੁਲਾਏ ਜਾਂਦੇ ਨੇ, ਇਹ ਸਾਰਾ ਕੁਛ ਹੋ ਰਿਹਾ ਹੈ, ਤਾਂ ਮੈਂ ਉਹਦੇ ਉੱਤੇ ਉਹਨਾਂ ਦਾ ਜੋ ਉਹਨਾਂ ਦੀ ਆਪਣੀ ਕਾਰਜ ਪ੍ਰਣਾਲੀ ਹੈ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਹਾਂ, ਠੀਕ ਹੈ? ਮੇਰਾ ਤਾਂ ਇਹੀ ਫੋਕਸ ਹੈ ਕਿ ਮੈਂ ਮਾਨਯੋਗ ਚੀਫ ਮਿਨਿਸਟਰ ਸਾਹਿਬ ਦੇ ਨਾਲ ਇੱਕ ਵਾਰ ਮੁਲਾਕਾਤ ਕਰਨਾ ਚਾਹੁੰਦਾ ਹਾਂ। ਜਦੋਂ ਇਹ ਸਾਰਾ ਹੋ ਜਾਏਗਾ ਮੈਂ ਚਾਹੁੰਦਾ ਹਾਂ ਕਿ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤਾ ਜਾਵੇ ਜੋ ਆਰਡਰ ਆਇਆ ਹੈ, ਕਿਉਂਕਿ ਉਹ ਆਰਡਰ ਗੈਰ ਸੰਵਿਧਾਨਿਕ ਆਰਡਰ ਹੈ। ਜੋ ਸਾਡੇ ਲੀਗਲ ਐਕਸਪਰਟਸ ਨੇ ਜੋ ਸਟੱਡੀ ਕੀਤੀ ਹੈ ਉਹ ਉਸ ਨੂੰ ਚੈਲੇਂਜ ਕਰਨਾ ਹੈ। ਮਾਨਯੋਗ CM ਸਾਹਿਬ ਨੇ ਵੀ ਜਨਤਕ ਤੌਰ 'ਤੇ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਉਸ ਨੂੰ ਚੈਲੇਂਜ ਕਰਨਾ ਹੈ, ਅਤੇ ਮੈਂ ਉਸ ਸੰਬੰਧ ਵਿੱਚ ਇੱਕ ਵਾਰ ਮੁਲਾਕਾਤ ਕਰਾਂਗਾ, ਬੇਨਤੀ ਕਰਾਂਗਾ, ਅਤੇ ਉਹਨੂੰ ਚੈਲੇਂਜ ਕਰਨਾ ਮੇਰੀ ਫਸਟ ਪ੍ਰਾਇਰਿਟੀ ਹੈ, ਅਤੇ ਬਾਕੀ ਕੋਈ ਗੱਲਬਾਤ ਹੋਗੀ ਤਾਂ ਮੈਂ ਤੁਹਾਨੂੰ ਦੱਸ ਦੂੰਗਾ ਜੀ। ਸਰ, ਸੱਚਾਈ ਕਿੱਦਾਂ ਦੇਖ ਰਹੇ ਹੋ ਕਿ ਕਾਂਗਰਸ ਸਰਕਾਰ ਆਪਣੇ ਸਵਾਲ ਦੇ ਉੱਤੇ ਪਾਰਟੀ ਨੂੰ ਵੀ ਸਵਾਲ ਚੁੱਕ ਰਹੀ ਹੈ, MLA ਸਵਾਲ ਚੁੱਕ ਰਹੇ ਨੇ, ਫਿਰ ਤੁਸੀਂ ਆਮ ਦੀ ਕਿਉਂ ਚੁਣੀ? ਮੇਰੀ ਗੱਲ ਸੁਣੋ, ਜੇਕਰ ਕਾਂਗਰਸ ਪਾਰਟੀ ਦੇ MLA ਜਾਂ ਉਹਨਾਂ ਦੇ ਲੀਡਰ ਸਵਾਲ ਚੁੱਕ ਰਹੇ ਨੇ ਤਾਂ ਉਹਨਾਂ ਦਾ ਅੰਦਰੂਨੀ ਮਸਲਾ ਹੈ ਨਾ ਜੀ, ਕਿ ਉਹਨਾਂ ਦਾ ਅੰਦਰੂਨੀ ਮਸਲਾ ਹੈ, ਠੀਕ ਹੈ ਜੀ? ਅਤੇ ਉਸ ਮਸਲੇ ਦੇ ਉੱਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਉਹਨਾਂ ਦੀ ਪਾਰਟੀ ਦਾ ਆਪਣਾ ਅੰਦਰੂਨੀ ਮਸਲਾ ਹੈ, ਠੀਕ ਹੈ? ਅਤੇ ਮੈਂ ਤਾਂ ਇੱਕ ਦੇਖੋ ਸਰਕਾਰ ਦੇ ਵਿੱਚ ਸਰਵਿਸ ਦੇ ਵਿੱਚ ਸੀਗਾ, ਮੈਂ ਆਪਣਾ ਬਿਹਤਰ ਤੋਂ ਬਿਹਤਰ ਆਪਣੀ ਕੋਸ਼ਿਸ਼ ਕੀਤੀ, ਜੋ ਜੋ ਡਿਊਟੀ ਦਿੱਤੀ ਗਈ, ਇਹੀ ਨਹੀਂ ਇਸ ਡਿਊਟੀ ਦੇ ਵਿੱਚ ਵੀ ਅਸੀਂ ਕੀਤੀ ਬਹੁਤ, ਮਤਲਬ ਮੇਰੇ ਮਤਲਬ ਪ੍ਰੋਫੈਸ਼ਨਲ ਕੈਰੀਅਰ ਦਾ 22-23 ਸਾਲ ਜੋ ਅਸੀਂ ਨੌਕਰੀ ਕੀਤੀ ਇਹ ਬੈਸਟ ਇਨਵੈਸਟੀਗੇਸ਼ਨ ਸੀਗਾ ਜੀ। ਲੇਕਿਨ ਮੈਨੂੰ ਦੁੱਖ ਜ਼ਰੂਰ ਹੋਇਆ, ਨਿਰਾਸ਼ਾ ਵੀ ਜ਼ਰੂਰ ਹੋਈ ਕਿ ਰਿਪੋਰਟ ਫਰੀਦਕੋਟ ਦੀ ਮਾਨਯੋਗ ਸੈਸ਼ਨ ਅਦਾਲਤ ਦੇ ਵਿੱਚ ਹੈ ਅਤੇ ਫੈਸਲਾ ਚੰਡੀਗੜ੍ਹ ਦੇ ਵਿੱਚ ਹੋ ਰਿਹਾ ਹੈ, ਅਤੇ ਸਾਡੇ ਜਿਹੜੇ ਸਰਕਾਰੀ ਪੱਖ ਦੇ ਵਕੀਲ ਨੇ ਉਹ ਇਹ ਵੀ ਉਹਨਾਂ ਨੇ ਉਚਿਤ ਨਹੀਂ ਸਮਝਿਆ ਕਿ ਉਹ ਕਹਿਣ ਕਿ ਉਹ ਰਿਪੋਰਟ ਉੱਥੋਂ ਮਤਲਬ ਚੰਡੀਗੜ੍ਹ ਮੰਗਾ ਲਈ ਜਾਵੇ, ਅਤੇ ਉਹਨੂੰ ਪੂਰਾ ਦੇਖ ਕੇ, ਠੀਕ ਹੈ ਕਿ ਨਹੀਂ, ਰਿਪੋਰਟ ਨੂੰ ਪੜ੍ਹਨਾ। ਦੇਖੋ ਇਹ ਕਮਰਾ ਹੈ ਨਾ ਜੀ, ਇਹ ਕਮਰੇ ਦੇ ਵਿੱਚ ਉਹ ਪੂਰਾ ਰਿਕਾਰਡ ਸਾਰਾ ਹੋ ਜਾਏਗਾ, ਅਤੇ ਉਹ ਹੈ ਤਾਂ ਫਰੀਦਕੋਟ ਦੇ ਵਿੱਚ, ਠੀਕ ਹੈ ਨਾ ਜੀ, ਉੱਥੇ ਦੀ ਅਦਾਲਤ ਦੇ ਵਿੱਚ, ਅਤੇ ਫੈਸਲਾ ਚੰਡੀਗੜ੍ਹ ਦੇ ਵਿੱਚ ਹੋ ਰਿਹਾ ਹੈ, ਤਾਂ ਮੈਨੂੰ ਨਿਰਾਸ਼ਾ ਜ਼ਰੂਰ ਹੋਈ। ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਫਿਰ, ਕਿਉਂਕਿ ਮਾਨਯੋਗ CM ਸਾਹਿਬ ਦਾ ਬਿਆਨ ਆਇਆ ਹੈ, ਮੈਂ ਮੁਲਾਕਾਤ ਕਰਾਂਗਾ, ਮੁਲਾਕਾਤ ਕਰਕੇ ਮੈਂ ਫਿਰ ਬੇਨਤੀ ਕਰਾਂਗਾ। ਕਰ ਦਿੰਦੇ ਨੇ ਠੀਕ ਹੈ, ਮੈਂ ਇਸ ਕਰਕੇ ਟਾਈਮ ਨਹੀਂ ਮੰਗਿਆ ਕਿ ਕਾਫੀ ਉਥਲ ਪੁਥਲ, ਤੁਸੀਂ ਆਪ ਹੀ ਕਹਿ ਰਹੇ ਹੋ ਕਿ ਆਪਸ ਦੇ ਵਿੱਚ ਹੀ ਚੱਲ ਰਿਹਾ ਹੈ, ਅਤੇ ਜੇਕਰ ਉਹ ਕਰ ਦਿੰਦੇ ਨੇ ਵਧੀਆ ਹੈ, ਨਹੀਂ ਤਾਂ ਮੈਂ ਆਪਣੇ ਲੈਵਲ 'ਤੇ ਕਰਾਂਗਾ। ਸਰ, ਤੁਹਾਡੇ ਵੱਲੋਂ ਕਾਫੀ ਕੰਮ ਕੀਤਾ ਗਿਆ ਸੀ, ਪਰ ਸਰਕਾਰ ਦੇ ਕਈ ਅਫਸਰਾਂ ਦੇ ਵੱਲੋਂ ਅੜਚਣਾ ਵੀ ਕਾਫੀ ਪਾਈਆਂ ਗਈਆਂ, ਉਸ ਬਿੰਦੂ ਦੇ ਉੱਤੇ ਹੁਣ ਬਹੁਤ ਕੁਛ ਗੱਲਬਾਤ ਹੋ ਚੁੱਕੀ ਹੈ, ਠੀਕ ਹੈ ਕਿ ਨਹੀਂ? ਤਾਂ ਇਸ ਕਰਕੇ ਮੈਂ ਨਹੀਂ ਸਮਝਦਾ ਹਾਂ ਕਿ ਜਦੋਂ ਵੀ ਕੋਈ ਤੁਸੀਂ ਇਸੇ ਕਰਕੇ ਕੰਮ ਚੈਲੇਂਜਿੰਗ ਹੁੰਦਾ ਹੈ ਨਾ, ਹਰ ਕੰਮ ਸੌਖਾ ਤਾਂ ਨਹੀਂ ਹੁੰਦਾ ਹੈ ਨਾ, ਚੈਲੇਂਜਿੰਗ ਹੁੰਦਾ ਹੈ, ਅਤੇ ਇਹ ਵੀ ਚੈਲੇਂਜਿੰਗ ਬਣ ਗਿਆ ਸੀ, ਪਹਿਲਾਂ ਤੋਂ ਹੀ ਚੈਲੇਂਜਿੰਗ ਸੀ, ਲੇਕਿਨ ਇਸ ਤਰ੍ਹਾਂ ਜੋ ਤੁਸੀਂ ਕਹਿ ਰਹੇ ਹੋ ਉਸ ਤਰੀਕੇ ਦੇ ਨਾਲ ਇਹ ਹੋਰ ਜ਼ਿਆਦਾ ਚੈਲੇਂਜਿੰਗ ਹੋ ਗਿਆ ਸੀ। ਲੇਕਿਨ ਅਸੀਂ ਡਰਦੇ ਨਹੀਂ, ਦੇਖੋ ਦੋ ਚੀਜ਼ ਦੀ ਗਰੰਟੀ ਹੈ, ਕੰਵਰ ਵਿਜੇ ਪ੍ਰਤਾਪ ਨੂੰ ਨਾ ਕੋਈ ਡਰਾ ਸਕਦਾ ਹੈ, ਨਾ ਕਿਸੇ ਚੀਜ਼ ਦੀ ਲਾਲਚ ਦੇ ਸਕਦਾ ਹੈ, ਦੋ ਚੀਜ਼ ਦੀ ਗਰੰਟੀ ਹੈ। ਬਾਕੀ ਉਲਟਾ ਚੋਰ ਕੁਤਵਾਲ ਕੋ ਡਾਂਟੇ ਕਹਾਵਤ ਸਾਡੇ ਪੁਰਖਿਆਂ ਦੀ ਬਹੁਤ ਸਮੇਂ ਤੋਂ ਪ੍ਰਚਲਿਤ ਹੈ ਜੀ, ਠੀਕ ਹੈ? ਤਾਂ ਜੋ ਚੋਰ ਹੈ
ਉਹ ਬੋਲੇਗਾ ਹੀ ਬੋਲੇਗਾ, ਅਤੇ ਉਹਨੂੰ ਸਪੋਰਟ ਜੇਕਰ ਮਿਲੇਗਾ, ਤੁਸੀਂ ਆਪ ਹੀ ਕਹਿ ਰਹੇ ਹੋ ਕਿ ਸਪੋਰਟ ਹੈ ਉਹਨਾਂ ਨੂੰ, ਤਾਂ ਸਪੋਰਟ ਹੈ ਤਾਂ ਪਾਵਰ ਉਹਨਾਂ ਦਾ ਡਬਲ ਹੋ ਜਾਂਦਾ ਹੈ। ਸਰ ਅਸਤੀਫਾ ਦੇਣ ਦਾ ਕੀ ਕਾਰਨ ਸਮਝਦੇ ਤੁਸੀਂ? ਇਹੀ ਕਾਰਨ ਹੈ ਜੀ, ਸਿਸਟਮ ਖਰਾਬ ਹੋ ਗਿਆ, ਸਿਸਟਮ ਸਾਰਾ ਹੌਜ ਪੌਜ ਹੋ ਗਿਆ, ਪਤਾ ਹੀ ਨਹੀਂ ਚੱਲ ਰਿਹਾ ਕਿ ਮਤਲਬ ਕੌਨਸਟੀਟਿਊਸ਼ਨ ਨਾਂ ਦੀ ਕੋਈ ਚੀਜ਼ ਵੀ ਹੈ, ਠੀਕ ਹੈ ਕਿ ਨਹੀਂ। ਲੱਗਦਾ ਕਿ ਸਰ ਤੁਸੀਂ ਅਸਤੀਫਾ ਦੇਣ ਤੋਂ ਬਾਅਦ ਹੁਣ ਜਿੱਦਾਂ ਰਾਜਨੀਤੀ ਵਿੱਚ ਪੈਰ ਰੱਖ ਰਹੇ ਹੋ, ਉਹਦੇ ਨਾਲ ਤੁਸੀਂ ਕਿਤੇ ਨਾ ਕਿਤੇ ਜਿਹੜਾ, ਮੈਂ ਚਾਹਾਂਗਾ ਕਿ ਹਰ ਬੱਚਾ ਰਾਜਨੀਤੀ ਦੇ ਵਿੱਚ ਪੈਰ ਰੱਖੇ ਜੀ, ਇਹ ਰਾਜਨੀਤੀ ਉਹ ਰਾਜਨੀਤੀ ਨਹੀਂ ਹੋਊਗੀ। ਹੁਣ ਜਦੋਂ ਪੰਜਾਬ ਦਾ ਬੱਚਾ ਬੱਚਾ ਰਾਜਨੀਤੀ ਦੇ ਵਿੱਚ ਆਏਗਾ, ਤਾਂ ਇਹ ਰਾਜਨੀਤਿਕ, ਇਹ ਪੋਲੀਟੀਸ਼ੀਅਨ ਦੇਖੋ, ਇਹ ਆਪਣਾ ਆਪਣਾ ਘਰ ਪਰਿਵਾਰ ਸਾਰਾ ਛੱਡ ਕੇ ਭੱਜ ਜਾਣਗੇ ਜੀ, ਕਿਉਂਕਿ ਹੁਣ ਹਰ ਬੱਚਾ ਬੱਚਾ ਰਾਜਨੀਤੀ ਦੇ ਵਿੱਚ ਕਦਮ ਰੱਖੇਗਾ। ਸਰ ਇਸ ਇੱਕ ਕ੍ਰਾਂਤੀ ਆਏਗੀ, ਪੋਲੀਟੀਕਲ ਰਿਵੋਲੂਸ਼ਨ, ਜਿਸ ਦੇ ਵਿੱਚ ਬੱਚਾ ਬੱਚਾ, ਹਰ ਯੂਥ, ਬਜ਼ੁਰਗ, ਲੇਡੀ, ਜੈਂਟਸ, ਇਹ ਸਾਰੇ ਸ਼ਾਮਿਲ ਹੋਣਗੇ। ਸਰ ਇਸੇ ਕਰਕੇ ਇਹ ਕ੍ਰਾਂਤੀ ਆਏਗੀ, ਤੁਸੀਂ ਦੇਖ ਲੈਣਾ ਆਏਗੀ। ਲੇਕਿਨ ਆਮ ਦੇ ਵਿੱਚ ਕੋਈ ਆਮ ਦੀ ਜਿਹੜੀ ਚਰਚਾ ਪੂਰੀ ਦਿੱਲੀ ਦੇ ਵਿੱਚ ਵੀ ਹੋ ਰਹੀ ਸੀ, ਉਹ ਪੰਜਾਬ ਦੇ ਵਿੱਚ ਕੱਲ੍ਹ ਕੇਜਰੀਵਾਲ ਅੰਮ੍ਰਿਤਸਰ ਪਹੁੰਚ ਰਹੇ ਨੇ, ਮੈਂ ਇਸ ਬਾਰੇ ਕੋਈ ਟਿੱਪਣੀ ਅੱਜ ਨਹੀਂ ਕਰ ਸਕਦਾ। ਮੰਨ ਲਓ ਕੱਲ੍ਹ ਆਮ ਪਾਰਟੀ ਜਾਂਦੇ ਤਾਂ ਬਰਕਾਰੀ ਕਾਰਨ, ਮੇਰੀ ਗੱਲ ਤਾਂ ਸੁਣੋ, ਮੇਰੇ ਅੱਜ ਉਸ ਟੋਪਿਕ ਦੇ ਉੱਤੇ ਮੈਂ ਕੋਈ ਚਰਚਾ ਨਹੀਂ ਕਰਾਂਗਾ। ਬਰਗਾੜੀ ਕਾਂਡ ਦੇਖੋ, ਜੋ ਇਨਵੈਸਟੀਗੇਸ਼ਨ ਸੀਗਾ, ਇਨਵੈਸਟੀਗੇਸ਼ਨ ਤੋਂ ਬਾਅਦ ਟ੍ਰਾਇਲ ਸ਼ੁਰੂ ਹੋ ਗਿਆ ਸੀ, ਅਤੇ ਟ੍ਰਾਇਲ ਕੁਐਸ ਹੋਇਆ ਨਹੀਂ ਜੀ, ਬੇਸਿਕਲੀ ਕਾਰਵਾਈ ਫਰੀਦਕੋਟ ਦੀ ਅਦਾਲਤ ਦੇ ਵਿੱਚ ਸ਼ੁਰੂ ਹੋ ਗਈ ਸੀਗੀ, ਤਾਂ ਉਹ ਕੁਐਸ ਹੋ ਗਿਆ, ਹੁਣ ਕਾਰਵਾਈ ਬੰਦ ਹੋ ਗਈ, ਨਵੀਂ ਸੀਟ ਬਣੀ ਹੈ, ਨਵੀਂ ਸੀਟ ਦੇ ਵਿੱਚ ਬਹੁਤ ਕਾਬਿਲ ਅਫਸਰ ਲੱਗੇ ਹੋਏ ਨੇ, ਲੇਕਿਨ ਜੋ ਕੇਸ ਖਰਾਬ ਹੋ ਜਾਂਦਾ ਹੈ ਉਹ ਖਰਾਬ ਹੋ ਜਾਂਦਾ ਹੈ, ਠੀਕ ਹੈ ਕਿ ਨਹੀਂ। ਉਹ ਇਨਸਾਫ ਤਾਂ ਹੀ ਮਿਲੇਗਾ ਜਦੋਂ ਸਾਡੀ ਆਪਣੀ ਜੋ ਪਹਿਲੀ ਵਾਲੀ ਰਿਪੋਰਟ ਹੈ ਨਾ, ਉਸ ਦੇ ਆਧਾਰ 'ਤੇ ਟ੍ਰਾਇਲ ਜਦੋਂ ਹੋਊਗਾ ਨਾ, ਫਿਰ ਜਾ ਕੇ ਇਨਸਾਫ ਮਿਲਣਾ ਹੈ। ਦਰਬਾਰ ਸਾਹਿਬ 'ਚ ਕਿਹਾ ਸੀ ਨਾ, ਮੈਂ ਲੋਕਾਂ ਸੱਚਾਈ ਸਾਹਮਣੇ ਲਿਆਵਾਂ। ਦੇਖੋ ਜੀ, ਸੱਚਾਈ ਤਾਂ ਦੇਖੋ, ਸੱਚਾਈ ਛੁਪਦੀ ਨਹੀਂ ਹੈ ਨਾ ਜੀ। ਦੇਖੋ, ਇੱਕ ਚੋਰ ਹੈ, ਠੀਕ ਹੈ, ਉਹ ਕਿੰਨਾ ਵੀ ਪਾਵਰਫੁੱਲ ਹੋ ਜਾਵੇ, ਸਰਕਾਰੀ ਪੱਖ ਤੋਂ ਤੁਸੀਂ ਆਪ ਕਹਿ ਰਹੇ ਹੋ, ਸਾਰਾ ਪੰਜਾਬ ਜਾਂਦਾ ਹੈ ਕਿ ਸਾਰੇ ਲੋਕ ਕਹਿ ਰਹੇ ਨੇ, ਉਹਨਾਂ ਦੀ ਪਾਰਟੀ ਦੇ MLA ਮੰਤਰੀ ਕਹਿ ਰਹੇ ਨੇ ਕਿ ਉਹਨਾਂ ਨੂੰ ਸਪੋਰਟ ਹੈ, ਤਾਂ ਸਪੋਰਟ ਹੈ ਤਾਂ ਹੀ ਉਹ ਕਰ ਰਹੇ ਨੇ ਇਸ ਤਰੀਕੇ ਦੇ ਨਾਲ, ਠੀਕ ਹੈ। ਅਤੇ ਸਪੋਰਟ ਕਰਕੇ ਹੀ ਇਹ ਰਿਪੋਰਟ ਕੁਐਸ ਹੋਈ ਹੈ, ਰਿਪੋਰਟ ਦੇ ਵਿੱਚ ਹੀ ਕਮੀ ਥੋੜ੍ਹੇ ਹੈ। ਰਿਪੋਰਟ, ਮੈਂ ਦੁਬਾਰਾ ਇਹ ਕਹਿ ਰਿਹਾ ਕਿ ਫਰੀਦਕੋਟ ਦੇ ਮਾਨਯੋਗ ਸੈਸ਼ਨ ਅਦਾਲਤ ਦੇ ਵਿੱਚ ਹੈ, ਅਤੇ ਚੰਡੀਗੜ੍ਹ ਦੇ ਵਿੱਚ ਰਿਪੋਰਟ ਕੁਐਸ ਹੋ ਰਹੀ ਹੈ। ਲੱਗਦਾ ਕਿ ਜਿਹੜੇ ਬਗਾੜੀ ਕਾਂਡ ਦੇ ਜੋ ਮੁਜਰਮ ਘੁੰਮ ਰਹੇ ਨੇ, ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ? ਦੇਖੋ ਜੀ, ਸਜ਼ਾ ਤਾਂ ਮਿਲਣੀ ਹੀ ਮਿਲਣੀ ਹੈ, ਇਹ ਕੁਦਰਤ ਦਾ ਨਿਯਮ ਹੈ ਜੀ, ਜੋ ਜਿਸ ਤਰ੍ਹਾਂ ਕਰਦਾ ਹੈ ਨਾ ਜੀ, ਹਰ ਦੇਖੋ ਕਰਮ ਦਾ ਫਲ ਮਿਲਦਾ ਹੈ, ਕਰਮਨਿਆਵਾਧਿਕਾਰਸਤ, ਠੀਕ ਹੈ ਨਾ। ਗੀਤਾ ਦੇ ਵਿੱਚ ਵੀ ਭਗਵਾਨ ਕ੍ਰਿਸ਼ਨ ਜੀ ਨੇ ਕਿਹਾ ਹੈ ਕਿ ਕਰਮ ਦੇ ਵਿੱਚ ਤੁਹਾਡਾ ਅਧਿਕਾਰ ਹੈ, ਅਤੇ ਜੋ ਮਾੜਾ ਕਰਮ ਕਰੇਗਾ ਮਾੜਾ ਉਹਨੂੰ ਫਲ ਮਿਲੇਗਾ, ਜੋ ਚੰਗਾ ਕਰਮ ਕਰੇਗਾ ਉਸਦਾ ਚੰਗਾ ਫਲ ਮਿਲੇਗਾ, ਠੀਕ ਹੈ ਕਿ ਨਹੀਂ। ਦੇਖੋ, ਇਸ ਸੰਬੰਧ ਵਿੱਚ ਨਾ ਪੁੱਛੋ ਮੈਨੂੰ, ਕੋਈ ਟਿੱਪਣੀ ਮੈਂ ਨਹੀਂ ਕਰਨਾ ਚਾਹੁੰਦਾ, ਅਤੇ ਮੇਰੇ ਹਿਸਾਬ ਦੇ ਨਾਲ ਹੁਣ ਮਤਲਬ ਹੋਰ ਕੋਈ ਸਵਾਲ ਮਤਲਬ ਤੁਸੀਂ ਪੁੱਛਣਾ ਚਾਹੋ।